ਉਹ ਇੱਕ ਰੁਸਤਮ ਏ ਹਿੰਦ ਦੀ ਵੀ ਗੱਲ ਕੀਤੀ ਤੁਸੀਂ ਇਸ ਪਿੰਡ ਚ ਹੋਏ ਜੀ ਹਾਂ ਪ੍ਰੀਤਮ ਪਹਿਲਵਾਨ ਪ੍ਰੀਤਮ ਪਹਿਲਵਾਨ ਉਹ ਆਜ਼ਾਦੀ ਤੋਂ ਪਹਿਲਾਂ ਵਾਲੇ ਪਿੰਡ ਨਹੌਲਕੇ ਦੇ ਵਿੱਚ ਅਸੀਂ ਖੜੇ ਹਾਂ ਹਰਜੀਤ ਜੀਤਾ ਦੇ ਫਾਦਰ ਸਾਹਿਬ ਇਹਨਾਂ ਦੇ ਮਦਰ ਖੜੇ ਹੈ ਮਨ ਬਾਗੋ ਬਾਗ ਹੋ ਗਿਆ ਕਾਕਾ ਜੀ ਤੁਹਾਨੂੰ ਸਲੂਟ ਹੈ ਜੀ ਮਨ ਬਾਗੋ ਬਾਗ ਹੋ ਗਿਆ ਕਾਕਾ ਜੀ ਦੇ ਜਰੀਏ ਅਸੀਂ ਮਿਲੇ ਹਾਂ ਔਰ ਇੱਧਰ ਕੈਮਰਾ ਪਾ ਕੇ ਜੀ ਆਹ ਦੇਖੋ ਪਿੰਡ ਦੇ ਬੱਚੇ ਵੀ ਖੜੇ ਹੈ ਔਰ ਇਹ ਵੀ ਇਸ ਹਰਜੀਤ ਜੀਤਾ ਤੋਂ ਇਨਸਪੀਰੇਸ਼ਨ ਲੈ ਕੇ ਆਉਣ ਵਾਲੇ ਸਮੇਂ ਦੇ ਵਿੱਚ ਪਿੰਡ ਦਾ ਨਾਮ ਜਿਹੜਾ ਹੈ ਹੋਰ ਵੀ ਰੋਸ਼ਨ ਕਰਨਗੇ ਇਹ ਭਵਿੰਦਰ ਬੱਬਰ ਦੇ ਫਾਦਰ ਹੈ ਜੀ ਜੀ ਹਾਂ ਇਹ ਉਹਨਾਂ ਦੇ ਮਾਤਾ ਜੀ ਹੈ ਬੜੇ ਬਹੁਤ ਵਧੀਆ ਬਹੁਤ ਚੰਗਾ ਲੱਗਿਆ ਜੀ ਕਾਕਾ ਜੀ ਅੱਜ ਦਾ ਜਿਹੜਾ ਪੂਰਾ ਜੀ ਸਿਹਰਾ ਤੁਹਾਡੇ ਸਿਰ ਤੇ ਹੈ ਕਿ ਤੁਸੀਂ ਸਾਨੂੰ ਹਰਜੀਤ ਜੀਤੇ ਦਾ ਘਰ ਦਿਖਾਤਾ ਭੁਪਿੰਦਰ ਬੱਬਲ ਦਾ ਘਰ ਦਿਖਾਤਾ ਨਹੌਲਕਾ ਪਿੰਡ ਦਿਖਾਤਾ ਅਤੇ ਆਪਣੀਆਂ ਕਰਾਰੀਆਂ ਕਰਾਰੀਆਂ ਗੱਲਾਂ ਸੁਣਾਤੀਆਂ ਮਾਨਕ ਸਾਹਿਬ ਨੂੰ ਕਰ ਲਿਆ ਯਾਦ ਜੀ ਬਣ ਗਈ ਸਾਡੀ ਗੱਲ ਜੀ ਲਓ ਜੀ ਬਹੁਤ ਸ਼ਾਨਦਾਰ ਬੜਾ ਵਧੀਆ ਵਲੌਗ ਹੈ ਨਹੌਲਕਾ ਪਿੰਡ ਦਿਖਾ ਰਹੇ ਹਾਂ ਜ਼ਿਲ੍ਹਾ ਮੋਹਾਲੀ ਦਾ ਨੇੜੇ ਕੁਰਾਲੀ ਹੈਗਾ ਜੀ ਪਿੰਡ ਔਰ ਇਸ ਪਿੰਡ ਦੀਆਂ ਸ਼ਖਸੀਅਤਾਂ ਵੀ ਬੜੀਆਂ ਖਾਸ ਹੈ ਸਭ ਤੋਂ ਪਹਿਲਾਂ ਤਾਂ ਦੇਖੋ ਜੀ ਕਾਕਾ ਜੀ ਪੂਰੀ ਦੁਨੀਆ 'ਚ ਮਸ਼ਹੂਰ ਹੋ ਗਏ ਜੀ ਵਲੌਗ ਇਹਨਾਂ ਦਾ ਬੜਾ ਚੱਲਿਆ ਬੱਲੇ ਬੱਲੇ ਕਰਾਤੀ ਬੱਲੇ ਬੱਲੇ ਚੈਨਲ ਦੀ ਵੀ ਇਹਨਾਂ ਨੇ ਔਰ ਇਸ ਪਿੰਡ ਦੀ ਇੱਕ ਹੋਰ ਖਾਸੀਅਤ ਦੱਸ ਦਈਏ ਫਿਲਮ ਬਣੀ ਸੀ ਇੱਕ ਜੀਤਾ ਔਰ ਹਰਜੀਤ ਜੀਤਾ ਹਰਜੀਤ ਤੁਲੀ ਇੰਡੀਅਨ ਹਾਕੀ ਟੀਮ ਦੇ ਕੈਪਟਨ ਇਸੇ ਪਿੰਡ ਦੇ ਨੇ ਭੁਪਿੰਦਰ ਬੱਬਲ ਜੀ ਦਾ ਗੀਤ ਜਿਹੜਾ ਹੈ ਔਰ ਮਕਬੂਲ ਹੋਇਆ ਪੂਰੀ ਦੁਨੀਆ ਦੇ ਵਿੱਚ ਐਨੀਮਲ ਫਿਲਮ ਦੇ ਵਿੱਚ ਗੀਤ ਹੈ ਕਿ ਅਰਜਨ ਬੈਲੀ ਨੇ ਪੈਰ ਜੋੜ ਕੇ ਗੰਡਾਸੀ ਮਾਰੀ ਇਹ ਪਿੰਡ ਦੇ ਵਿੱਚ ਹੋਰ ਬੜੀਆਂ ਸ਼ਖਸੀਅਤ ਪਰ ਸਭ ਤੋਂ ਪਹਿਲਾਂ ਸਾਡੀ ਆਹ ਸ਼ਖਸੀਅਤ ਹੈ ਜੀ ਕਾਕਾ ਜੀ ਔਰ ਕਾਕਾ ਜੀ ਪੂਰੀ ਚੱਲਦੇ ਫਿਰਦੇ ਇਨਸੀਕਲੋਪੈਡੀਆ ਦੇ ਦਿਖਾਉਂਦੇ ਆ ਪਿੰਡ ਵੀ ਦਿਖਾਉਂਦੇ ਆ ਗੱਲਾਂ ਬਾਤਾਂ ਵੀ ਹੋਣਗੀਆਂ ਔਰ ਪਿੰਡ ਦੀਆਂ ਸ਼ਖਸੀਅਤਾਂ ਸਾਡੇ ਨਾਲ ਖੜੀਆਂ ਨੇ ਜੀ ਜੇਕਰ ਤੁਹਾਡਾ ਇਸ ਪਿੰਡ ਦੇ ਨਾਲ ਕੋਈ ਵਾਹ ਵਾਸਤਾ ਹੈ ਜ਼ਰੂਰ ਇਸ ਵਲੌਗ ਨੂੰ ਸ਼ੇਅਰ ਕਰਿਓ ਦੁਨੀਆ ਤੱਕ ਪਹੁੰਚਾਵਾਂਗੇ ਨਹੌਲਕਾ ਪਿੰਡ ਦਿਖਾਵਾਂਗੇ ਚਲੋ ਚੱਲੀਏ ਜੀ ਨਹੌਲਕਾ ਦੇਖਦੇ ਹਾਂ ਜੀ ਚੱਲੀਏ ਜੀ ਫਿਰ ਲਓ ਜੀ ਚੱਲਦੇ ਹਾਂ ਜੀ ਕਮਾਲ ਦੀ ਗੱਲ ਹੈ ਜੀ ਇਹਨਾਂ ਦਾ ਤਾਂ ਜੀ ਬਹੁਤ ਮਸ਼ਹੂਰ ਕਰਤਾ ਜੀ ਸਾਨੂੰ ਤਾਂ ਪਤਾ ਹੀ ਕਿੰਨੇ ਹੀ ਕਮੈਂਟ ਆਏ ਵੀ ਕਹਿੰਦੇ ਜੀ ਉਹ ਕਾਕਾ ਜੀ ਨੇ ਤਾਂ ਕਮਾਲ ਕਰਤਾ ਜੀ ਆਹ ਜਿਹੜੀਆਂ ਸ਼ਖਸੀਅਤਾਂ ਮੈਂ ਬੋਲੀਆਂ ਜਿਨ੍ਹਾਂ ਦੇ ਕਰਕੇ ਪਿੰਡ ਦਾ ਨਾਂ ਹੈਗਾ ਮਸ਼ਹੂਰ ਪਰ ਅੱਜ ਤੁਹਾਡਾ ਨਾਂ ਵੀ ਜੁੜ ਗਿਆ ਇਤਿਹਾਸ ਵਿੱਚ ਹਾਂਜੀ ਬਹੁਤ ਵਧੀਆ ਲੋਕ ਤੱਥਾਂ ਦੀ ਤਾਂ ਕਮਾਲ ਬੰਦੇ ਨਹੀਂ ਮਿਲਦੇ ਜੀ ਅੱਜ ਕੱਲ੍ਹ ਇਹੋ ਜਿਹੇ ਲੋਕ ਤਾਂ ਆਉਂਦੇ ਨੀ ਲੋਕਾਂ ਨੂੰ ਗੱਲ ਏਦਾਂ ਹੀ ਵਿਰਸਾ ਨਹੀਂ ਭੁੱਲਣਾ ਚਾਹੀਦਾ ਹਾਂ ਦੇਖੋ ਪੰਜਾਬ ਵਾਸੀ ਬੰਦੇ ਆਪਾਂ ਜੀ ਇਹ ਵਿਰਸਾ ਨਹੀਂ ਭੁੱਲਣਾ ਚਾਹੀਦਾ ਹਾਂ ਕਿਉਂਕਿ ਅਸੀਂ ਪਹਿਲਾਂ ਆਜ਼ਾਦ ਤਾਂ ਪਹਿਲਾਂ ਹੀ ਮਤੀ ਹੋਏ ਆ ਆਜ਼ਾਦ ਹੋਏ ਤੇ ਬਾਅਦ ਫਿਰ ਜੇ ਆਪਾਂ ਆਪਣਾ ਵਿਰਸਾ ਹੀ ਭੁੱਲ ਗਏ ਜੀ ਜੋਧੇ ਹੋਏ ਸ਼ਹੀਦ ਭਗਤ ਸਿੰਘ ਇਸਦਾਰ ਸ਼ਹੀਦ ਰਾਭਾ ਜੀ ਊਧਮ ਸਿੰਘ ਸਲਾਮ ਹੈ ਜੀ ਆਪਾਂ ਨੂੰ ਯਾਦ ਕਰਾਇਆ ਫਿਰ ਆਪਾਂ ਨੂੰ ਵਿਰਸਾ ਨਹੀਂ ਭੁੱਲਣਾ ਚਾਹੀਦਾ ਹਾਂ ਨਹੀਂ ਤਾਂ ਬਿਲਕੁਲ ਵਿਰਸਾ ਨਹੀਂ ਭੁੱਲਣਾ ਚਾਹੀਦਾ ਔਰ ਵਿਰਸੇ ਨਾਲ ਹੀ ਵਿਰਸੇ ਦੀ ਕੋਈ ਗੱਲ ਵੀ ਸੁਣਾ ਦਿਓ ਵਿਰਸੇ ਆਣ ਦਿਓ ਗੱਲ ਇੱਕ ਅੱਛਾ ਜੀ ਸੁਣਾਓ ਜੀ ਫਿਰ ਕੁਛ ਹਾਂਜੀ ਆਣ ਦਿਓ ਜੀ ਦੋ ਗੱਭਰੂ ਪੰਜਾਬ ਦੇ ਹਾਂਜੀ ਸ਼ਹੀਦਿਆਂ ਭਗਤ ਸਿੰਘ ਸਰਦਾਰ ਊਧਮ ਸਿੰਘ ਸਨਾਮ ਜੀ ਜਦੋਂ ਭਗਤ ਸਿੰਘ ਆਜ਼ਾਦੀ ਦੀ ਗੱਲ ਹੋਈ ਨਾ ਜੀ ਤੇ ਜਲ ਸ਼ੈਮਨ ਕਮਿਸ਼ਨ ਦਾ ਬਾਈਕਾਟ ਕੀਤਾ ਲਾਲਾ ਲਾਜਪਤ ਰਾਏ ਦੀ ਮੌਤ ਦਾ ਬਦਲਾ ਹਾਂਜੀ ਤੇ ਉਦੋਂ ਫਿਰ ਯੋਧਿਆਂ ਨੇ ਰਾਬੀ ਦੇ ਕੰਢੇ ਜਾ ਕੇ ਕਸਮਾਂ ਖਾਧੀਆਂ ਬਈ ਲਾਲਾ ਲਾਜਪਤ ਰਾਏ ਦੀ ਮੌਤ ਦਾ ਬਦਲਾ ਖੂਨ ਦਾ ਬਦਲਾ ਖੂਨ ਚ ਲੈਣਾ ਹਾਂ ਖੂਨ ਦਾ ਬਦਲਾ ਖੂਨ ਚ ਲੈਣਾ ਖੂਨ ਚ ਲੈਣਾ ਸੁਣਾਓ ਜੀ ਫਿਰ ਸਕਾਟਾ ਕਿਸਮ ਦਾ ਤੇਜ਼ ਨਿਕਲਿਆ ਉਹਦੀ ਬਿਲਕੁਲ ਮਿਲਦੀ ਵਰਦੀ ਵੀ ਐਸ ਪੀ ਸਾਂਡਰਸ ਆ ਗਿਆ ਸਾਂਡਰਸ ਆ ਗਿਆ ਪੰਜ ਵਜੇ ਚੁੱਕੇ ਭਗਤ ਸਿੰਘ ਨੇ ਫਿਰ ਇਹਨਾਂ ਨੇ ਯੋਧਿਆਂ ਨੇ ਡਿਊਟੀ ਲਾਈ ਜਿਹੜਾ ਬੋਲੂ ਕੁੰਡਾ ਖੋਲੂ ਭਗਤ ਸਿੰਘ ਦੇ ਅੱਤ ਵੰਗ ਡੋਰ ਦੇ ਦਿੱਤੀ ਜੀ ਫਿਰ ਸਕਾਟਾ ਕਿਸਮ ਦਾ ਤੇਜ਼ ਨਿਕਲਿਆ ਹੁਕਮ ਹੋਇਆ ਪੰਜ ਵਜੇ ਬੰਦ ਹੋ ਗਈਆਂ ਕਚਹਿਰੀਆਂ ਕਸੂਤਾ ਜੱਬ ਪੈ ਗਿਆ ਐਸ ਪੀ ਦਾ ਕਾਲ ਭੱਜ ਕੇ ਡੀ ਐਸ ਪੀ ਦੇ ਮੋਢਿਆਂ ਤੇ ਬਹਿ ਗਿਆ ਕਾਲਾ ਸੂਟ ਸਿਰ ਤੇ ਸਜਾਇਆ ਟੋਪ ਸੀ ਫਿੱਟ ਫਿੱਟ ਮੋੜਤਾ ਮਾਰਨਾ ਸੀ ਜਾਲਮ ਸਕਾਟ ਐਸ ਪੀ ਓ ਸਾਂਡ ਦਾ ਸਰੋੜਤਾ ਇੱਕ ਤੇ ਭਗਤ ਸਿੰਘ ਲੱਤ ਰੱਖ ਕੇ ਮੂੰਹ ਇੰਚ ਬੋਲਿਆ ਤੁਸੀਂ ਲੋਣ ਭੁੱਕਿਆ ਬਤੋਸਾ ਸਾਡੇ ਤੇ ਬਥੇਰਾ ਖੂਨ ਡੋਲਿਆ ਲਾਲੇ ਵਾਲੀ ਭਾਜੀ ਸਾਡੇ ਚਿੱਤ ਵਿੱਚ ਸੀ ਮੈਂ ਤੇਰਾ ਨਿਊਂਦਾ ਮੋੜਤਾ ਮਾਰਨਾ ਸੀ ਜਾਲਮ ਸਕਾਟ ਐਸ ਪੀ ਓ ਖਾਂਡ ਸਾਂਡ ਦਾ ਸਰੋੜਤਾ ਆਏ ਹੈ
ਹਾਏ ਭਾਈ ਵੇ ਭਗਤ ਨਿਗਾ ਪਿੱਛੇ ਮਾਰੀ ਆ ਵੇਖਿਆ ਹੌਲਦਾਰ ਨੂੰ ਹਾਂਜੀ ਪੁੱਛਿਆ ਭਰਾਵਾ ਤੈਨੂੰ ਕੀ ਬਿਮਾਰੀ ਆ ਛੱਡ ਦੇ ਵਿਚਾਰ ਨੂੰ ਦੇਸੀਆ ਭਰਾਵਾ ਤੈਨੂੰ ਕੀ ਬਿਮਾਰੀ ਆ ਛੱਡ ਦੇ ਵਿਚਾਰ ਨੂੰ ਮੰਨਿਆ ਨਾ ਹਾਰ ਕੇ ਲਗਾਤੀ ਵਿੱਚ ਦੀ ਸਟਾਰ ਲਾ ਕੇ ਤੋੜਤਾ ਆ ਦੇਖੋ ਜੀ ਗੱਡੀਆਂ ਦੇ ਪਿੱਛੇ ਅਸੀਂ ਲਿਖਿਆ ਹੁੰਦਾ ਭਗਤ ਸਿੰਘ ਦੇ ਫੈਨ ਆ ਹੈ ਅਸਲੀ ਫੈਨ ਦੇਖੋ ਸਾਂਡਰਸ ਨੂੰ ਮਾਰਨ ਦਾ ਪੂਰਾ ਬਿਰਤਾਂਤ ਕਿੰਨਾ ਜ਼ਬਰਦਸਤ ਕਿੰਨੇ ਵਧੀਆ ਤਰੀਕੇ ਨਾਲ ਸੁਣਾਇਆ ਮਜ਼ਾ ਆ ਗਿਆ ਜੀ ਕਮਾਲ ਕਰਤੇ ਜੀ ਇਹ ਸਾਰੀਆਂ ਚੀਜ਼ਾਂ ਜ਼ਹਿਨ 'ਚ ਰੱਖੀਆਂ ਹੋਈਆਂ ਯਾਦ ਰੱਖਦੇ ਤੁਸੀਂ ਹਰਜੀਤ ਦੇ ਘਰ ਜਾ ਰਹੇ ਜੀ ਆਪਾਂ ਫਿਲਮ ਵੀ ਬਣੀ ਜਾਣਾ ਜੀ ਹਾਂ ਮਾਤਾ ਜੀ ਹੈਗੇ ਇੱਥੇ ਉਹਨਾਂ ਦੇ ਮਾਤਾ ਜੀ ਹੈਗੇ ਆ ਪਿੰਡ 'ਚ ਆਉਂਦਾ ਕਦੀ ਹਰਜੀਤ ਆ ਜਾਂਦਾ ਜੀ ਆ ਜਾਂਦਾ ਆ ਜਾਂਦਾ ਜੀ ਕੋਈ ਜਿੱਦਣ ਆਇਆ ਸਾਡੇ ਚੈਨਲ ਤੇ ਲਿਆ ਦੇ ਜ਼ਰੂਰ ਜ਼ਰੂਰ ਲਿਆਵਾਂਗੇ ਜਿੱਦਣ ਆਇਆ ਸਾਡੇ ਚੈਨਲ ਤੇ ਲਿਆ ਜ਼ਰੂਰ ਲਿਆਵਾਂਗੇ ਅੱਛਾ ਹੋਰ ਜਿਹੜਾ ਇਸ ਪਿੰਡ ਦੀਆਂ ਸ਼ਖਸੀਅਤਾਂ ਜਿਹੜਾ ਮਤਲਬ ਇਸ ਪਿੰਡ ਦੇ ਨਾਲ ਸੰਬੰਧਿਤ ਉਹ ਲੋਕ ਜਿਨ੍ਹਾਂ ਦਾ ਬੜਾ ਨਾਮ ਹੋਇਆ ਜਿਨ੍ਹਾਂ ਨੇ ਬੜਾ ਨਾਮ ਖੱਟਿਆ ਨਾਮਣਾ ਖੱਟਿਆ ਉਹਨਾਂ ਦੇ ਬਾਰੇ ਵੀ ਦੱਸਿਓ ਜੀ ਜਿਹੜਾ ਇਹ ਪਿੰਡ ਤੋਂ ਜੀ ਸੰਤ ਅਜੀਤ ਸਿੰਘ ਹਲਕਾ MLA ਆਨੰਦਪੁਰ ਸਾਹਿਬ ਤੋਂ ਜੀ ਵੈਸੇ ਉਹ ਬਣਦੇ ਹੀ ਤੇ ਪਰ ਫਿਰ ਵੀ ਬਾਦਲ ਸਾਹਿਬ ਨੇ ਉਹਨੂੰ ਬਣਾ ਦਿੱਤਾ ਉਦੋਂ ਹਰਜੀਤ ਜੀਤਾ ਜੀਤਾ ਫਿਲਮ ਵੀ ਬਣੀ ਹੈ ਹਰਜੀਤ ਤੁਲੀ ਕਹਿੰਦੇ ਜੀ ਇੰਡੀਅਨ ਟੀਮ ਦੇ ਹਾਕੀ ਦੇ ਕੈਪਟਨ ਉਹਨਾਂ ਦੇ ਘਰ ਚੱਲੇ ਆ ਦਿਖਾ ਰਹੇ ਆ ਪਿੰਡ ਨਹੌਲਕੇ 'ਚ ਘੁੰਮ ਰਹੇ ਆ ਜ਼ਿਲ੍ਹਾ ਮੋਹਾਲੀ ਨੇੜੇ ਕੁਰਾਲੀ ਚੱਲੀਏ ਜੀ ਫਿਰ ਆਓ ਦਿਖਾਈਏ ਜੀ ਅੱਜ ਤਾਂ ਬੜਾ ਮੁਬਾਰਕ ਮੌਕਾ ਜੀ ਆਪਾਂ ਆਪਣੇ ਸਟਾਰ ਦੇ ਘਰ ਜਾ ਰਹੇ ਹਾਂ ਹਾਂਜੀ ਹਾਂਜੀ ਦੇਖੋ ਇਹਨਾਂ ਗਲੀਆਂ ਦੇ ਵਿੱਚੋਂ ਹਾਂਜੀ ਇਸ ਪਿੰਡ ਦੀਆਂ ਗਲੀਆਂ 'ਚੋਂ ਐਡੀਆਂ ਐਡੇ ਵੱਡੀਆਂ ਸ਼ਖਸੀਅਤਾਂ ਹੋਈਆਂ ਲੋਕਾਂ ਨੂੰ ਪਤਾ ਹੀ ਨਹੀਂ ਸਾਡੇ ਇਲਾਕੇ ਦੇ ਲੋਕਾਂ ਨੂੰ ਨਹੀਂ ਪਤਾ ਹੈ ਬਿਲਕੁਲ ਇਹ ਬੜੀ ਵੱਡੀ ਗੱਲ ਹੈ ਕਾਕਾ ਜੀ ਤੁਹਾਡਾ ਦੇਖੋ ਬਲੌਗ ਕੀਤਾ ਸੀ ਤੁਸੀਂ ਲੋਕ ਤੱਤ ਸੁਣਾਏ ਔਰ ਫਿਰ ਡਿਮਾਂਡ ਆਈ ਤਾਂ ਮੈਨੂੰ ਆਉਣਾ ਪਿਆ ਪੂਰੀ ਟੀਮ ਲੈ ਕੇ ਅੱਜ ਤਾਂ ਉਦਣ ਸਰਸਰੀ ਜੀ ਗੱਲ ਕੀਤੀ ਸੀ ਤੁਹਾਡੇ ਨਾਲ ਪਰ ਤੁਸੀਂ ਤਾਂ ਛੁਪੇ ਰੁਸਤਮ ਨਿਕਲੇ ਉਹ ਇੱਕ ਰੁਸਤਮ ਹਿੰਦ ਦੀ ਵੀ ਗੱਲ ਕੀਤੀ ਤੁਸੀਂ ਇਸ ਪਿੰਡ 'ਚ ਹੋਏ ਜੀ ਹਾਂ ਪ੍ਰੀਤਮ ਪਹਿਲਵਾਨ ਪ੍ਰੀਤਮ ਪਹਿਲਵਾਨ ਉਹ ਆਜ਼ਾਦੀ ਤੋਂ ਪਹਿਲਾਂ ਵਾਲੇ ਸਨ 47 'ਚ ਜਦੋਂ ਪੰਜਾਬ ਦੀ ਵੰਡ ਹੋਈ ਨਾ ਜੀ ਉਦੋਂ ਫਿਰ ਇੱਥੇ ਆ ਕੇ ਪਹਿਲਵਾਨ ਉੱਥੇ ਮਤਲਬ ਪਾਕਿਸਤਾਨ ਇਕੱਠੇ ਤੇ ਨਾ ਹਾਂਜੀ ਹਾਂਜੀ ਤੇ ਉਦੋਂ ਫਿਰ ਉੱਥੇ ਇੱਕ ਮੁਸਲਮਾਨਾਂ ਦਾ ਮੁੰਡਾ ਉਹਨਾਂ ਨੇ ਢਾ ਲਿਆ ਅੱਛਾ ਫਿਰ ਅਸੀਂ ਆਪਣੇ ਨਗਰ 'ਚੋਂ ਅੱਛਾ ਜੀ ਉਹਨਾਂ ਨੂੰ ਦੇਸੀ ਘੀ ਦੇ ਪੀਪੇ ਕਰਕੇ ਫਿਰ ਮੱਲ ਹੋਇਆ ਫਿਰ ਰੁਸਤਮੇ ਹਿੰਦ ਹੋਇਆ ਪ੍ਰੀਤਮ ਪਹਿਲਵਾਨ ਪ੍ਰੀਤਮ ਪਹਿਲਵਾਨ ਰੁਸਤਮੇ ਹਿੰਦ ਰੁਸਤਮੇ ਹਿੰਦ ਇਹ ਦੇਖੋ ਜੀ ਲੈਂਦੇ ਪੰਜਾਬ ਤੋਂ ਵੀ ਸਾਡਾ ਵਲੌਗ ਦੇਖਦੇ ਆ ਹਾਂਜੀ ਇਹ ਗੱਲਾਂ ਤੁਹਾਡੀਆਂ ਲੈਂਦੇ ਪੰਜਾਬ 'ਤੇ ਵੀ ਜਾਂਦੀਆਂ ਉੱਥੋਂ ਵੀ ਕਮੈਂਟ ਆਏ ਬੜੇ ਅੱਛਾ ਦੇਖੋ ਜੀ ਜਿਹੜੇ ਵਲੌਗ ਦੇਖ ਰਹੇ ਨੇ ਲੈਂਦੇ ਪੰਜਾਬ ਤੋਂ ਉਹਨਾਂ ਨੂੰ ਖਾਸ ਤੌਰ 'ਤੇ ਦਿਖਾ ਰਹੇ ਚੜ੍ਹਦਾ ਪੰਜਾਬ ਔਰ ਪ੍ਰੀਤਮ ਸਿੰਘ ਰੁਸਤਮੇ ਹਿੰਦ ਨਹੌਲਕਾ ਪਿੰਡ ਕੁਰਾਲੀ ਦੇ ਹੋਏ ਆ ਆਲੇ ਦੁਆਲੇ ਦੇ ਪਿੰਡਾਂ ਦੇ ਨਾਂ ਦੱਸਿਓ ਜੀ ਕਈ ਵਾਰੀ ਲੈਂਦੇ ਪੰਜਾਬ ਦੇ ਲੋਕ ਦੇਖਦੇ ਨੇ ਜੀ ਪਿੰਡਾਂ ਦੇ ਨਾਂ ਤੁਹਾਨੂੰ ਜਲਦੀ ਜਲਦੀ ਸਾਡੇ ਲਾਗੇ ਪਿੰਡ ਦਸਾਰਨਾ ਪਿੰਡ ਜੀ ਜੀ ਮੁੱਲਾਂਪੁਰ ਸੋਢੀਆਂ ਜੀ ਆਣ ਦਿਓ ਜੀ ਮਹਿਰਮਪੁਰ ਟੱਪਰੀਆਂ ਓਕੇ ਜੀ ਤੇ ਉੱਤੇ ਹਾਂਜੀ ਹਾਂਜੀ ਆ ਜਾ ਮੂਰੇ ਨੂੰ ਆ ਜਾ ਹਾਂਜੀ ਹਾਂ ਬੋਲ ਸਿੰਬਲ ਹਾਂਜੀ ਚਿੰਤਗੜ੍ਹ ਅਕਾਲਗੜ੍ਹ ਹਾਂ ਰਦਨ ਮੁੱਲਾਂਪੁਰ ਹਾਂਜੀ ਮੁੰਦੋ ਹਾਂ ਦਸਾਰਨਾ ਫਤਿਹਗੜ੍ਹ ਕਨੌੜਾਂ ਝਿੰਗੜਾਂ ਹਾਂਜੀ ਹਾਂਜੀ ਹੋਰ ਗੁੰਨੋ ਮਾਜਰਾ ਹੋਲੀਆਂ ਬਲਾਕ ਪੈ ਜਾਂਦਾ ਨੇੜੇ ਮਾਜਰੀ ਨਾਂ ਕੀ ਤੇਰਾ ਗੁਰਜੋਤ ਸਿੰਘ ਜੀ ਓ ਲੋ ਜੀ ਮੁੰਡਾ ਹੋ ਗਿਆ ਕਾਮਯਾਬ ਮਾਰ ਦੋ ਤਾੜੀਆਂ ਇਹਦੇ ਲਈ ਕਮਾਲ ਦੀ ਗੱਲ ਹੈ ਗੁਰਜੋਤ ਕਮਾਲ ਕਰਤਾ ਤੂੰ ਯਾਰ ਕਿਹੜੀ ਕਲਾਸ ਪੜ੍ਹਦਾ ਤੂੰ ਉਹ ਪਲੱਸ 1 ਨਹੀਂ ਉਹ ਤੈਨੂੰ ਸਾਰੇ ਪਿੰਡਾਂ ਦੇ ਨਾਂ ਯਾਦ ਯਾਰ ਹਾਂਜੀ ਇਹ ਵੀ ਨੇਤਰ ਦਾ ਪੋਤਾ ਜੀ ਜਿਹੜਾ ਸਾਈਕਲ ਮਤਲਬ ਹੋਇਆ ਸਾਈਕਲ ਅੱਛਾ ਹਾਂ ਉਹਦਾ ਪੋਤਾ ਜੀ ਸਾਈਕਲਿਸਟ ਨੇਤਰ ਦਾ ਪੋਤਾ ਉਹ ਨੇਤਰ ਬੋਲਦੇ ਨੇ ਸਾਰੇ ਅੱਜ ਸਾਡੇ ਤੁਲੀ ਦਾ ਘਰ ਹੈ ਜੀ ਹਰਜੀਤ ਤੁਲੀ ਦਾ ਘਰ ਹੈ ਜੀ ਲਓ ਜੀ ਆਪਾਂ ਚੱਲੇ ਹਰਜੀਤ ਹਰਜੀਤ ਜੀ ਦੇ ਫਾਦਰ ਸਾਹਿਬ ਆਏ ਜੀ ਸਤਿ ਸ਼੍ਰੀ ਅਕਾਲ ਜੀ ਪਹਿਲਾਂ ਤਾਂ ਜੀ ਬਹੁਤ ਬਹੁਤ ਮੁਬਾਰਕਾਂ ਜੀ ਤੁਸੀਂ ਦੇਖੋ ਪਿੰਡ ਦਾ ਨਾਂ ਪੰਜਾਬ ਦਾ ਨਾਂ ਇੰਡੀਆ ਦਾ ਨਾਂ ਪੂਰੀ ਦੁਨੀਆ ਦੇ 'ਚ ਮਸ਼ਹੂਰ ਕਰ ਦਿੱਤਾ ਹਰਜੀਤ ਜੀਤਾ ਤੁਹਾਡਾ ਬੇਟਾ ਹੈ ਔਰ ਕੋਈ ਵੀ ਪਿਤਾ ਜਿਹੜਾ ਹੈ ਬਹੁਤ ਖੁਸ਼ ਹੁੰਦਾ ਜਦੋਂ ਉਸਦੇ ਬੇਟੇ ਦਾ ਨਾਂ ਐਡਾ ਮਸ਼ਹੂਰ ਹੋਵੇ ਸਾਡਾ ਚੈਨਲ ਹੈ ਬੱਲੇ ਬੱਲੇ ਫਿਲਮਸ ਐਂਡ ਰਿਕਾਰਡਸ ਅਸੀਂ ਤੁਹਾਡੇ ਨਾਲ ਗੱਲਬਾਤ ਕਰਨ ਆਏ ਹਾਂ ਔਰ ਤੁਹਾਡਾ ਘਰ ਦਿਖਾਉਣ ਆਏ ਹੈ ਆਹ ਦੇਖੋ ਜੀ ਹਰਜੀਤ ਜੀ ਦੇ ਫਾਦਰ ਸਾਹਿਬ ਅਤੇ ਉਹਨਾਂ ਦੇ ਮਾਤਾ ਜੀ ਇਹ ਕਾਕਾ ਜੀ ਬਣੇ ਸਾਡੇ ਜੀ ਸੂਤਰਧਾਰ ਮੇਰੀ ਜਾਣਕਾਰੀ 'ਚ ਨਹੀਂ ਸੀਗਾ ਕਿ ਹਰਜੀਤ ਦਾ ਪਿੰਡ ਹੈ ਇਹ ਔਰ ਮਜ਼ਾ ਆ ਗਿਆ ਜੀ ਇਸ ਪਿੰਡ ਦੇ 'ਚ ਆ ਕੇ ਇਹਨਾਂ ਸ਼ਖਸੀਅਤਾਂ ਨੂੰ ਮਿਲ ਕੇ ਜੀ ਬਹੁਤ ਚੰਗਾ ਲੱਗਿਆ ਜੀ ਬਹੁਤ ਵਧੀਆ ਲੱਗਿਆ ਔਰ ਤੁਹਾਡੇ ਦਰਸ਼ਨ ਕਰਕੇ ਅਤੇ ਜਿਹੜੇ ਸਾਡੇ ਸਬਸਕ੍ਰਾਈਬਰਸ ਨੇ ਜ਼ਰੂਰ ਕਮੈਂਟ ਕਰਿਓ ਜਿਹੜੇ ਖਿਡਾਰੀ ਨੇ ਉਹ ਇਸ ਵਲੌਗ ਨੂੰ ਜ਼ਰੂਰ ਸ਼ੇਅਰ ਕਰਿਓ ਔਰ ਖਾਸ ਤੌਰ 'ਤੇ ਜਿਹੜੇ ਹਾਕੀ ਦੇ ਖਿਡਾਰੀ ਨੇ ਜੀ ਉਹ ਜ਼ਰੂਰ ਸ਼ੇਅਰ ਕਰਿਓ ਇਸ ਵਲੌਗ ਨੂੰ ਹਾਕੀ ਦੇ ਵਿੱਚ ਸਾਡੇ ਪੰਜਾਬ ਦਾ ਨਾਮ
ਜ਼ਿੰਦਾਬਾਦ ਕਰ ਦਿੱਤਾ ਹਰਜੀਤ ਸਿੰਘ ਨੇ ਉਹਨਾਂ ਦੇ ਪਿਤਾ ਜੀ ਦੇ ਕੋਲ ਖੜੇ ਆ। ਇਹ ਬਚਪਨ ਤੋਂ ਹੀ ਖੇਡਦੇ ਸੀ ਹਾਕੀ ਜੀ? ਕਿਸ ਤਰ੍ਹਾਂ? ਹਾਂਜੀ ਹਾਂਜੀ ਬਚਪਨ ਤੇ। ਕਿੱਦਾਂ ਸ਼ੌਕ ਹੋਇਆ ਜੀ ਉਹਨਾਂ ਦਾ? ਸ਼ੌਕ ਆ ਜੀ, ਪਹਿਲਾਂ ਤੇ ਦੇਖੋ ਗਰੀਬੀ ਬਹੁਤ ਸੀ ਜੀ, ਇੰਨੀ ਗਰੀਬੀ ਸੀ ਸਾਥ ਤੇ ਬੂਟ ਧੋਣ ਨੂੰ ਪੈਸੇ ਨਹੀਂ ਰਹਿ ਗਏ। ਅੱਛਾ, ਬੂਟ ਧੋਣੇ ਵਾਸਤੇ ਪੈਸੇ ਨਹੀਂ ਦੇ, ਚਾਹ ਪਿਲਾਉਣੇ ਵੀ ਸਾਡੇ ਘਰਾਂ ਕੱਪ ਨਹੀਂ ਤਾ ਜੀ ਹੈਗਾ, ਐਵੇਂ ਤੁਹਾਨੂੰ ਝੂਠ ਮਾਰੀਏ। ਅੱਛਾ, ਚਲੋ ਅੰਮ੍ਰਿਤਪਾਲ ਨਾਲ ਬੜੀ ਮਦਦ ਕਰੀ ਵਿਚਾਰੇ ਨਾਲ, ਕੋਚ ਨਾਲ ਬਹੁਤ ਮਦਦ ਕਰੀ, ਪਿੰਡ ਵਾਲਿਆਂ ਨਾਲ ਮਦਦ ਕਰੀ। ਚਲੋ ਜੀ, ਬਾਅਦ ਵਿੱਚ ਫਿਰ ਜੀ ਤਾਂ ਮੁੰਡਾ ਸਿਰੇ ਲੱਗਿਆ। ਵਾਹ ਜੀ ਵਾਹ, ਕਮਾਲ ਕਰਦੇ, ਸਲੂਟ ਹੈ ਜੀ। ਆਹ ਦੇਖੋ ਜੀ, ਮੈਂ ਇਹਨਾਂ ਨੂੰ ਮਾਰਨਾ ਸਲੂਟ। ਆ ਲਓ ਜੀ, ਸਲੂਟ ਹੈ ਸਾਡੀ ਟੀਮ ਵੱਲੋਂ ਤੁਹਾਨੂੰ। ਬਹੁਤ 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 ਵਧੀਆ ਕੰਮ ਹੋਇਆ ਜੀ, ਤੁਸੀਂ ਤੁਹਾਡੀ ਹੱਥ ਨਹੀਂ ਜੋੜਨੇ ਦੀ ਜੀ, ਤੁਸੀਂ ਬਿਲਕੁਲ ਵੀ ਹੱਥ ਨਹੀਂ ਜੋੜਨੇ। ਤੋ ਤੁਹਾਡਾ ਦੇਖੋ, ਤੁਹਾਡੇ ਬੇਟੇ ਨੇ ਤੁਹਾਡਾ ਨਾਂ ਤਾਂ ਰੋਸ਼ਨ ਕੀਤਾ, ਪਿੰਡ ਦਾ ਕੀਤਾ, ਪੰਜਾਬ ਦਾ ਕੀਤਾ, ਔਰ ਪੂਰੇ ਦੇਸ਼ ਦਾ ਕੀਤਾ ਜੀ, ਦੁਨੀਆ ਦਾ। ਹਾਂਜੀ, ਦੁਨੀਆ ਦਾ ਨੋ ਚੜਾ ਬਿਟਾ। ਹਾਂ, ਕੀ ਕਹਿੰਦੇ ਤੁਸੀਂ, ਕੀ ਕਹਿੰਦੇ ਹਜੀਤੇ ਦੀ ਕੋਈ ਯਾਦ, ਕਿਸ ਤਰ੍ਹਾਂ ਕਿੱਦਾਂ ਬਣਿਆ, ਕਿੱਦਾਂ ਪ੍ਰੈਕਟਿਸ ਕਰਦਾ ਸੀਗਾ ਜੀ, ਕਿੰਨੇ ਵਜੇ ਉੱਠਦਾ ਸੀਗਾ ਜੀ? ਉੱਠਦਾ 4 ਵਜੇ ਖੜਦਾ ਸੀ ਉਹ। ਅੱਛਾ, ਫਿਰ 4 ਵਜੇ ਉੱਠ ਕੇ ਬਸ ਉਹਨਾਂ ਕਹਿ ਦੇਣਾ ਮੈਂ ਜਾਣਾ ਸੀ, ਰੋਕਣਾ ਵੀ ਨਹੀਂ ਜਾਣਾ। ਅੱਛਾ, ਹਨੇਰਾ ਆਏ ਜਾਂ ਤੇਰੇ ਕੋਲ ਪੈਦਲ ਜਾਊਂਗਾ, ਕਿਵੇਂ ਜਾਊਂਗਾ ਤੂੰ, ਬਸ ਉਹ ਸੁਣਦਾ ਨਹੀਂ ਤਾ ਸਾਡੀ। ਅੱਛਾ, ਉਹਦਾ ਤਾਂ ਖੇਡ ਵੱਲੇ ਧਿਆਨ ਤਾ ਉਹਦਾ, ਉਹ ਆਪਣੀ ਮਿਹਨਤ ਨਾਲ ਇੱਥੇ ਤੱਕ ਪਹੁੰਚਿਆ ਹੈ। ਹਾਂਜੀ, ਕਿੱਦਾਂ ਮਹਿਸੂਸ ਕਰਦੇ ਫਿਰ, ਬਣ ਗਈ ਗੱਲ? ਹਾਂਜੀ ਹਾਂਜੀ, ਨਾਂ ਰੋਸ਼ਨ ਕਰਤਾ ਜੀ। ਫਿਲਮ ਦੇਖੀ ਜੀਤਾ? ਹਰਜੀਤਾ ਫਿਲਮ ਦੇਖੀ ਜੀ? ਦੁਬਾਰਾ ਫੇਰ ਹੋਣੇ ਵਾਲਾ ਹੁਣ। ਅੱਛਾ, ਦੁਬਾਰਾ ਫੇਰ ਹੋਣੇ ਵਾਲਾ ਜੀ। ਅੱਛਾ, ਫੇਰ ਹੋਣ ਵਾਲਾ ਜੀ, ਹੋਣ ਵਾਲਾ ਜੀ, ਬਸ ਥੋੜੇ ਦਿਨਾਂ ਵਿੱਚ ਪਿੰਡ ਆਉਂਦੇ ਰਹਿੰਦੇ ਇਹ? ਹਾਂਜੀ ਹਾਂਜੀ, ਬਹੁਤ ਇੱਕ ਅੱਧਾ ਹੀ ਰਾਤ ਰਹਿੰਦੇ ਆ, ਇੱਕ ਘੰਟਾ ਬਿਜ਼ੀ ਬਹੁਤ ਹੈ ਨਾ ਜੀ, ਬਿਜ਼ੀ ਬਹੁਤ ਹੈ, ਲੋਹੜੀ ਰੂੜੀ ਨੂੰ ਰਹੇਗਾ ਰਾਤ, ਨਹੀਂ ਤਾਂ ਘੰਟਾ ਖੰਡੇ ਰਹਿੰਦੇ ਜੀ ਬਸ। ਅੱਛਾ, ਆਏ ਸੀ ਲੋਹੜੀ ਵਾਲੇ ਦਿਨ? ਹਾਂਜੀ ਹਾਂਜੀ, ਅਸੀਂ ਲੇਟ ਹੋ ਗਏ, ਇਹਦਾ ਮਤਲਬ ਲੋਹੜੀ ਵਾਲੇ ਦਿਨ ਅਸੀਂ ਉਹਨਾਂ ਨਾਲ ਗੱਲਬਾਤ ਕਰ ਸਕਦੇ ਸੀਗੇ ਜੀ। ਲਓ ਜੀ, ਦੇਖੋ ਜੀ, ਜਿਨ੍ਹਾਂ ਨੇ, ਮੈਂ ਅਕਸਰ ਕਹਿੰਦਾ ਹੁੰਦਾ ਕਿ ਬੇਹਿੰਮਤੇ ਨੇ ਜਿਹੜੇ ਬਹਿ ਕੇ ਸ਼ਿਕਵਾ ਕਰਨ ਮੁਕੱਦਰਾਂ ਦਾ, ਉੱਗਣ ਵਾਲੇ ਉੱਗ ਪੈਂਦੇ ਨੇ ਸੀਨਾ ਪਾੜ ਕੇ ਪੱਥਰਾਂ ਦਾ, ਮੰਜ਼ਿਲ ਦੇ ਮੱਥੇ ਦੇ ਉੱਤੇ ਤਖਤੀ ਲੱਗਦੀ ਉਹਨਾਂ ਦੀ, ਜਿਹੜੇ ਘਰੋਂ ਲਗਾ ਕੇ ਤੁਰਦੇ ਨਕਸ਼ਾ ਆਪਣੇ ਸਫਰਾਂ ਦਾ। ਇਹ ਹੈ ਬਾਬਾ ਨਜ਼ਮੀ ਦਾ ਸ਼ੇਰ। ਪਿੰਡ ਨਹੌਲਕੇ ਦੇ ਵਿੱਚ ਅਸੀਂ ਖੜ੍ਹੇ ਹਾਂ, ਹਰਜੀਤ ਜੀਤਾ ਦੇ ਫਾਦਰ ਸਾਹਿਬ, ਇਹਨਾਂ ਦੇ ਮਦਰ ਖੜ੍ਹੇ ਹੈ। ਮਨ ਬਾਗੋ ਬਾਗ ਹੋ ਗਿਆ ਕਾਕਾ ਜੀ, ਤੁਹਾਨੂੰ ਸਲੂਟ ਹੈ ਜੀ। ਮਨ ਬਾਗੋ ਬਾਗ ਹੋ ਗਿਆ ਕਾਕਾ ਜੀ ਦੇ ਜ਼ਰੀਏ ਅਸੀਂ ਮਿਲੇ ਹਾਂ, ਔਰ ਇੱਧਰ ਕੈਮਰਾ ਪਾ ਕੇ ਜੀ, ਆਹ ਦੇਖੋ ਪਿੰਡ ਦੇ ਬੱਚੇ ਵੀ ਖੜ੍ਹੇ ਹੈ, ਔਰ ਇਹ ਵੀ ਇਸ ਹਰਜੀਤ ਜੀਤਾ ਤੋਂ ਇੰਸਪੀਰੇਸ਼ਨ ਲੈ ਕੇ ਆਉਣ ਵਾਲੇ ਸਮੇਂ ਦੇ ਵਿੱਚ ਪਿੰਡ ਦਾ ਨਾਮ ਜਿਹੜਾ ਹੈ ਹੋਰ ਵੀ ਰੋਸ਼ਨ ਕਰਨਗੇ। ਔਰ ਹਾਕੀ ਦੇ ਸਟਾਰ ਹੈ ਜੀ ਨਿਹੋਲਕਾ ਪਿੰਡ ਦੇ, ਅਰਜਨ ਬੈਲੀ ਨੇ ਪੈਰ ਜੋੜ ਕੇ ਗੰਡਾਸੀ ਮਾਰੀ, ਭੁਪਿੰਦਰ ਬੱਬਲ ਦਾ ਗੀਤ, ਔਰ ਭੁਪਿੰਦਰ ਬੱਬਲ ਵੀ ਇਸੇ ਪਿੰਡ ਦੇ ਹੈ, ਸੰਤ ਬਾਬਾ ਅਜੀਤ ਸਿੰਘ ਵੀ ਇਸੇ ਪਿੰਡ ਦੇ ਹੈ, ਔਰ ਇਸ ਪਿੰਡ ਦੇ ਵਿੱਚ ਹੋਰ ਵੀ ਬੜੀਆਂ ਮੋਹਤਬਰ ਸ਼ਖਸੀਅਤਾਂ ਹੋਈਆਂ ਨੇ, ਔਰ ਵੱਡਾ ਨਾਮ ਹੈ ਇਸ ਪਿੰਡ ਦਾ, ਔਰ ਬੜੀ ਸਾਡੀ ਖੁਸ਼ ਨਸੀਬੀ ਹੈ ਕਿ ਸਾਡੇ ਇਲਾਕੇ ਦਾ ਪਿੰਡ ਹੈ। ਆਪਣਾ ਇਲਾਕਾ ਦਿਖਾਉਂਦੇ ਹਾਂ, ਆਪਣਾ ਖੇਤਰ ਦਿਖਾਉਂਦੇ ਹਾਂ, ਆਪਣਾ ਵਿਰਸਾ ਅਤੇ ਵਿਰਾਸਤ ਦਿਖਾਉਂਦੇ ਹਾਂ। ਅਕਸਰ ਕਹਿੰਦੇ ਹਾਂ ਅਸੀਂ ਅਸਲੀ ਹੀਰੋ ਦਿਖਾਉਂਦੇ ਹਾਂ। ਦੇਖੋ, ਹਰੇਕ ਕਾਮਯਾਬ ਪੁੱਤ ਦੇ ਪਿੱਛੇ ਇੱਕ ਬਾਪ ਦੀ ਕੁਰਬਾਨੀ ਹੁੰਦੀ ਹੈ, ਮਾਤਾ ਪਿਤਾ ਦੀ ਕੁਰਬਾਨੀ ਹੁੰਦੀ ਹੈ। ਇਹ ਹਰਜੀਤ ਜੀਤਾ ਦੇ ਫਾਦਰ ਖੜ੍ਹੇ ਹੈ, ਇਹਨਾਂ ਦੇ ਮਦਰ ਖੜ੍ਹੇ ਹੈ। ਇਹ ਵਾਕਈ ਇਹਨਾਂ ਨੂੰ ਸਲੂਟ ਬਣਦਾ। ਵੱਧ ਤੋਂ ਵੱਧ ਸ਼ੇਅਰ ਕਰਿਓ, ਆਪਣੇ ਬੱਚਿਆਂ ਨੂੰ ਵਲੋਗ ਜ਼ਰੂਰ ਦਿਖਾਇਆ ਕਰੋ, ਕਿਉਂਕਿ ਜਿਹੜੀਆਂ ਗੱਲਾਂ ਬਾਤਾਂ ਅਸੀਂ ਕਰ ਰਹੇ ਹਾਂ ਨਾ ਜੀ, ਇਹ ਬੱਚਿਆਂ ਵਾਸਤੇ ਬੜੀ ਵੱਡੀ ਇੰਸਪੀਰੇਸ਼ਨ ਹੁੰਦੀਆਂ ਨੇ, ਔਰ ਬੱਚੇ ਜਿਹੜੇ ਹੈ ਕਦੋਂ ਕੀ ਕਰ ਜਾਣ, ਕਿੱਥੇ ਪਹੁੰਚ ਜਾਣ, ਕਿਸ ਮੁਕਾਮ ਤੱਕ ਪਹੁੰਚ ਜਾਣ, ਕੁਛ ਨਹੀਂ ਪਤਾ ਹੁੰਦਾ। ਦੇਖਣ ਨੂੰ ਹੀ ਲੱਗਦਾ ਹੁੰਦਾ ਵੀ ਸ਼ਾਇਦ ਛੋਟੇ ਜਿਹੇ ਪਿੰਡ ਦੇ ਵਿੱਚ, ਜਿਹਦੇ ਇਹਨਾਂ ਦੇ ਫਾਦਰ ਸਾਹਿਬ ਨੇ ਕਿਹਾ ਕਿ ਛੋਟੇ ਜਿਹੇ ਪਿੰਡ ਦੇ ਵਿੱਚੋਂ ਸੀਗੇ ਜੀ, ਔਰ ਬੂਟ ਤੱਕ ਪਾਉਣ ਨੂੰ ਨਹੀਂ ਸੀ, ਅੱਜ ਐਡੇ ਵੱਡੇ ਸਟਾਰ ਬਣ ਗਏ। ਕੁਛ ਵੀ ਹੋ ਸਕਦਾ, ਇਸ ਕਰਕੇ ਮੈਂ ਕਹਿੰਦਾ ਬੱਚਿਆਂ ਨੂੰ ਵਲੋਗ ਜ਼ਰੂਰ ਦਿਖਾਇਆ ਕਰੋ, ਵੱਧ ਤੋਂ ਵੱਧ ਸ਼ੇਅਰ ਕਰੋ। ਹਜੇ ਵਲੋਗ ਬਾਕੀ ਹੈ, ਜਾਇਓ ਨਾ, ਛੱਡ ਕੇ ਨਾ ਜਾਇਓ, ਬਹੁਤ ਵਧੀਆ ਗੱਲਾਂ ਹੋਣਗੀਆਂ, ਬਣੇ ਰਹੋ। ਲਓ ਜੀ, ਹਰਜੀਤੇ ਦੇ ਘਰ ਜਾ ਰਹੇ ਹਾਂ ਜੀ, ਆਪਾਂ ਦਿਖਾ ਰਹੇ ਹਾਂ, ਦੇਖੋ ਆਹ ਲਓ ਜੀ, ਆਹ ਦੇਖੋ ਜੀ ਹਰਜੀਤੇ ਦਾ ਘਰ ਜੀ, ਉਹ ਬੱਲੇ ਬੱਲੇ ਕਮਾਈ, ਦੇਖੋ ਆਹ ਹੈ ਸਰਦਾਰ ਹਰਜੀਤ ਸਿੰਘ। ਆਹ ਪਾਇਓ ਜੀ ਕੈਮਰਾ, ਆਹ ਪਾਇਓ ਜੀ ਕੈਮਰਾ, ਵਿਸ਼ੇਸ਼ ਸਨਮਾਨ ਅੰਤਰਰਾਸ਼ਟਰੀ ਹਾਕੀ ਖਿਡਾਰੀ ਕਬੱਡੀ ਕੈਂਪ ਕੱਪ ਜਿਹੜਾ ਹੈ। ਸਤਿ ਸ਼੍ਰੀ ਅਕਾਲ ਜੀ, ਬਹੁਤ ਬਹੁਤ ਮੁਬਾਰਕਬਾਦ ਜੀ। ਤੁਸੀਂ ਤਾਇਆ ਜਿਹੜਾ ਹੁੰਦਾ ਜੀ, ਪਰਿਵਾਰ ਦਾ ਮੁੱਢ ਹੁੰਦਾ ਸਭ ਤੋਂ ਵੱਡਾ, ਤੁਹਾਡਾ ਬੜਾ ਵੱਡਾ ਯੋਗਦਾਨ ਹੈ ਬਿਲਕੁਲ, ਔਰ ਤੁਹਾਡੇ ਭਾਈ ਸਾਹਿਬ ਜੀ ਬੜਾ ਸਤਿਕਾਰ ਕਰਦੇ ਤੁਹਾਡਾ, ਸਾਨੂੰ ਬੜੀ ਖੁਸ਼ੀ ਹੋਈ, ਤੁਹਾਡੇ ਭਰਾਵਾਂ ਦਾ ਪਿਆਰ ਬਹੁਤ ਆਪਸ 'ਚ, ਬਹੁਤ ਖੁਸ਼ੀ ਹੈ ਤੁਹਾਡੀ ਆਉਣ ਵਿੱਚ। ਲਓ ਸ਼ੁਕਰੀਆ ਜੀ, ਬਹੁਤ ਬਹੁਤ ਮਿਹਰਬਾਨੀ, ਬਹੁਤ ਬਹੁਤ ਮਿਹਰਬਾਨੀ ਜੀ, ਬਹੁਤ ਚੰਗਾ ਲੱਗਿਆ ਤੁਹਾਨੂੰ ਮਿਲ ਕੇ ਜੀ। ਹੁਣ ਹਾਂਜੀ ਚੱਲ, ਭੁਪਿੰਦਰ ਬੱਬਲ, ਭੁਪਿੰਦਰ ਬੱਬਲ ਦੇ ਘਰ ਅੱਛਾ ਚੱਲਦੇ ਚੱਲਦੇ ਆਪਾਂ, ਕਿੰਨੀ ਕੁ ਦੂਰ ਹੈ ਘਰ ਉਹਨਾਂ ਦਾ ਵੈਸੇ? ਇੱਥੋਂ ਥੋੜ੍ਹੀ ਦੂਰ ਆ ਜੀ। ਅੱਛਾ, ਚੱਲਦੇ ਚੱਲਦੇ ਨਿਹੋਲਕੇ ਪਿੰਡ ਦੀ ਕੋਈ ਹੋਰ ਗੱਲ ਸੁਣਾਓ ਜੀ, ਕੋਈ ਖਾਸ ਇਸ ਪਿੰਡ ਦੇ ਵਿੱਚ। ਤੁਸੀਂ ਤਿੰਨ ਨਾਂ ਤਾਂ ਹੋ ਗਏ, ਹਰਜੀਤ ਜੀਤਾ ਹੋ ਗਿਆ, ਭੁਪਿੰਦਰ ਬੱਬਲ ਹੋ ਗਿਆ, ਸੰਤ ਬਾਬਾ ਅਜੀਤ ਸਿੰਘ ਹੋ ਗਏ, ਹੋਰ ਨਾਂ ਕਿਹੜਾ ਜੀ? ਸੁਰਿੰਦਰ ਸਿੰਘ ਡਿਊਟੀਓ ਜੀ। ਹਾਂਜੀ, ਤੇ ਇੱਕ ਸੁਰਿੰਦਰ ਸਿੰਘ ਚੀਫ ਇੰਜੀਨੀਅਰ ਸਾੜੇ। ਹਾਂਜੀ ਹਾਂਜੀ,
जी इसी नगर चो हाँ जी कई शख्सियत है जी ऐसे नगर चो जी हाँ जी हाँ जी वाह जी वाह हाँ। अच्छा पिंड दे विच 1947 दा कोई कनेक्शन है मुस्लिम भाईचारा रहिंदा सी इस पिंड दे विच साडे पिंड दा नहीं था जी कोई आले दुआले दे पिंडां दे विच आले दुआले हैगे ते जी आले दुआले हैगे मुल्लां परसोडियां ते चटौली ते जी अच्छा हाँ जी हाँ जी 47 दी वंड दे नाल भी असीं कई प्रोग्राम करदे हां जी अपने चैनल ते ठीक है जी ठीक है हाँ जी लो जी तुहाडा जिहड़ा पहला ब्लॉग ओह तां गया हिट चंगी गल दसो कहना बी कुछ सुना दे मैं उते बैठा बैठा सुनाउण लगा चोपड़ा साहब नूं पता नहीं किदां गल लगी चोपड़ा साहब ने फिर मैनूं कई दिन बाद 5-6 दिन मैं फोन मारिया ते मैं अपना चारा वढ रहा था चंडीगढ़ नूं जाने खातर उते चारा घेरदे आ जी फिर चोपड़ा साहब सानूं कहिंदे वी आ जाओ कुछ गल्लां लैणियां लो एक एक माणक दा तुसीं सुनाया सीगा खास ओ मैनूं याद है एक कली सुनाई सी तुसीं बहुत वधिया वी पुत्तर दी कसम सुनाओ जरा दुबारा सुनाओ जी भोजन ते भजन खजाना पढ़दे बिन रखिए ना अपनी गल कह के कहंदे आपे ही हसीए ना बूए ते अक सियाने कहंदे कदे लाइए ना पुत्तर दी कसम कदे भी लखां विच खाइए ना पुत्तर दी कसम कदे भी करदा तां भेत किसे नूं दसना नहीं चाहीदा रोंदा तक दुखीए ताई हसना नहीं चाहीदा बच्चियां नू माड़ी आदत मुढ़ ते ही पाइए ना पुत्तर दी कसम कदे भी लखां विच खाइए ना पुत्तर दी कसम कदे भी वाह करता कमाल देखो जी कुलदीप माणक नू कौन नहीं प्यार करदा पंजाब दा एक एक बंदा जिहड़ा है कुलदीप माणक साहब नू प्यार करता है उन्हों का सत्कार करता हाँ तुसी जरूर कमेंट करो थोड़े लिए असी कर रहे हैं थोनू इनवॉल्व कर रहे हैं असी कमेंट करो जी कुलदीप माणक साहब दी कलियां दे नाम बोलने तुसी लिखने कमेंट दे विच वध तो वध हाँ जिन्होंने कुलदीप माणक साहब का अखाड़ा कभी सुनया लाइव सुनया उन्होंने नज़दीक तो देखिया वो भी अपनियां यादां जिहड़ियां हैं ताज़ा करन एक उन्हों का गीत बड़ा मकबूल जिहड़ा सारी दुनिया के प्रसिद्ध होया माँ हुंदी ए माँ दुनिया वालियो मेरे दिल के करीब है जी वह गीत और कदों नहीं जदों कभी भी वह गीत जिहड़ा वजदा ना जी दिल जिहड़ा है अंदर तक जिहड़ा है हिला दिंदा जी ने होलके दियां गलियां दिखा रहे जी थानू और शाम का समा हो चुके है पर फिर भी असी अपनी कोशिश नूं जारी रखना है पिंड दिखाते रहना थानू निहोलके दियां गलियां चों जा रहे हैं काका सिंह जी साढ़े नाल हैं और पिंड दे बच्चे भी साढ़े नाल हैं और कुछ शख्सियतां पिंड दियां नाल हैं जी फिर चलिए लो जी अच्छा माणक दे पूरे फैन है तुसी हैं पूरे जी आ लो जी पिंड दियां गलियां दिखा रहे थानू और निहोलका पिंड दिखा रहे जी कोशिश की है जी आपां एक चैनल दे जरिए कि रोपड़ दे ज़िले दे मोहाली जिले के मोहाली के रोपड़ एक ही गल है जी आपां सारे पिंड दिखा दिए रब ने जे जान प्राण रखिया हाँ जी तो रोपड़ का पिंड पिंड दिखा देना जी असी हौली हौली चलांगे अगे पंजाब के पिंड भी दिखावांगे ठीक है लेकिन असी रोपड़ के पिंड तो दिखा रहे हैं जी दिखाते काफ़ी दिखाते जी ठीक है ठीक है जी विरसे ते विरासत ते काम करते हैं जी पिंडां दे बजुर्गां नाल गल्लां करदे आ देसी गल्लां करदे देसी बंदियां च रहिंदे आ ते देसियां नूं लोक पसंद करदे आ जी ते तुहाडियां जिहड़ियां देसी गल्लां ने जी ओह मन नूं टुंब गईआं जी हां क्या कहणे जी अच्छा हुण माहौल बदल गया काका जी पंजाब दा हां जी की कहणे तुसीं पुराने पंजाब तुसीं देखो तुहाडी भी उम्र 50 तों उपर है हां जी उपर है जी तुसीं भी सारा कुछ देखिया पुराना समा भी देखिया ते नवा भी देखिया की कहने नवे ते पुराने च फर्क नवे बिता जी युग विच दिल नहीं लग रहा आहा दिल नहीं लग रहा अच्छा जो पुराना विरसा दा पुराना विरसे विच एक दूए दे दुख दे सांझी हुंदे ते हां जी ते हुण तां कुछ पता ही नहीं लग रहा भी क्या करिए क्या ना करिए नवे च दिल नहीं लग रहा हुण नहीं पता लग रहा बड़ी टचिंग गल कही तुसीं हां जी
वाकई मेरा भी दिल नहीं लग रहा। हाँ हूँ नहीं पता लग रहा, नहीं लग रहा अच कुछ कलू कुछ इतने कुछ उत्थे कुछ पुराने विरसे बिता इदा ही पढ़ते नाल कोई बंदा बस बुकल से ले गया उकनी लोग देंदे थे उकनी लेन देन बहुत बढ़िया था। अच्छा पढ़ते ही देना लेन करना लेकिन बुकल च बहुत कुछ दे दे बहुत कुछ हूँ नहीं जी कुछ भी पता लग रहा। हाँ प्यार मुहब्बत सांझा जड़ियाँ असल गल तो सांझ की गल। हाँ जी हाँ जी। अच्छा एक तो सांझ की गुरुद्वारा साहब आ गए लो जी गुरुद्वारा साहब की कंस्ट्रक्शन चल रही है जी। जी इधर थोड़ी नवी इमारत बन लगी ਇੱਧਰੋਂ ਸਾਹਮਣਾ ਗੇਟ ਸਾਹਮਣੇ ਹੈ ਜੀ। ਜੀ ਇੱਕ ਇੱਕ ਗੁਰਦੁਆਰਾ ਸਾਹਿਬ ਪਿੰਡ ਦੀ ਐਂਟਰੈਂਸ 'ਤੇ ਇੱਕ ਅੰਦਰਲੇ ਪਾਸੇ ਜੀ। ਲਓ ਜੀ ਗੁਰੂ ਘਰ ਵੀ ਦਿਖਾਤਾ ਤੁਹਾਨੂੰ ਜੀ ਕੰਸਟਰਕਸ਼ਨ ਚੱਲ ਰਹੀ ਹੈ। ਜਦੋਂ ਸਿਆਣੇ ਪੁਰ 'ਚ ਨਗਰ ਬੰਨ ਹੁੰਦਾ ਤਾ ਜੀ ਜੀ ਨਗਰ 'ਤੇ ਬੈਠਣਾ ਆ ਕੇ ਪਹਿਲਾਂ ਖੇੜਾ ਮੇਨ ਹੁੰਦਾ ਕਿਉਂਕਿ ਇੰਨੇ ਮਹਾਰਾਜ ਦੇ ਸਰੂਪ ਤਾਂ ਹੁੰਦੇ ਤੇ ਹੁਣ ਪਿੰਡ ਪਿੰਡ ਚਲੋ ਹੋ ਗਏ ਮਹਾਰਾਜ ਸਰੂਪ ਹੁਣ ਨਗਰ ਖੇੜਾ ਪਹਿਲਾਂ ਇੱਥੇ ਜਾ ਕੇ ਬਰਾਤਾਂ ਚੜ੍ਹਨੀਆਂ ਇੱਥੇ ਮੱਥੇ ਟੇਕਣੇ ਇੱਥੋਂ ਮੇਨ ਮੁੰਡ ਇਹੀ ਤਾ ਜੀ ਸਾਡਾ। ਅੱਛਾ ਇੱਥੇ ਨਗਰ ਖੇੜਾ ਇਹ ਨਗਰ ਖੇੜੇ ਤੋਂ ਆ ਕੇ ਮੁੰਡ ਬੰਨਿਆ ਸਿਆਣੇ ਪੁਰਸ਼ਾਂ ਨੇ ਤੇ ਫਿਰ ਅਸੀਂ ਤਾਂ ਉਹਨਾਂ ਦੀ ਬਦੌਲਤ ਪੈਦਾਇਸ਼ ਪੈਦਾ ਹੋਈ ਹੈ ਜੀ। ਜੀ ਕਮਾਲ ਹੈ। ਹਾਂਜੀ ਹਾਂਜੀ। ਹੁਣ ਅਸੀਂ ਚੱਲਾਂਗੇ ਭੁਪਿੰਦਰ ਬੱਬਲ ਦਾ ਘਰ ਦਿਖਾਵਾਂਗੇ ਜੀ। ਨਿਹੋਲਕੇ ਦੀਆਂ ਗਲੀਆਂ 'ਚ ਘੁੰਮ ਰਹੇ ਜੀ। ਲਓ ਜੀ ਤੇ ਉਹਨਾਂ ਦੇ ਫਾਦਰ ਸਰਪੰਚ ਸਾਹਿਬ ਵੀ ਰਹੇ ਆ। ਅੱਛਾ 25 ਸਾਲ ਸਰਪੰਚੀ ਕਰੀ ਇਕੱਠੀ ਅੱਜ ਵੀ ਥੋੜ੍ਹਾ ਬਜ਼ੁਰਗ ਤੁਹਾਨੂੰ ਮਿਲਾਉਂਦਾ ਉਹਨਾਂ ਨੂੰ। ਹਾਂਜੀ ਅੱਛਾ ਕਿੰਨੀ ਕੁ ਉਮਰ ਆ ਉਹਨਾਂ ਦੀ? ਉਹਨਾਂ ਦੀ ਉਮਰ ਹੋ ਗਈ ਜੀ 90 ਦੇ ਗੇੜ ਹੋ ਗਈ। ਅੱਛਾ ਅੱਜ ਵੀ ਅਸੀਂ ਪੁੱਛ ਗਏ ਉਹਨਾਂ ਨੂੰ ਮਤਲਬ ਨਗਰ ਸਾਰੀ ਗੱਲ ਉਹਨਾਂ ਦੇ ਥਰੂ ਚੱਲਦਾ ਪਰ ਹੁਣ ਸਿਆਣੇ ਹੋ ਗਏ ਥੋੜ੍ਹਾ ਕੰਨਾਂ 'ਤੇ ਘੱਟ ਸੁਣਨ ਲੱਗ ਗਿਆ। ਅੱਛਾ ਹਾਂਜੀ ਹਾਂਜੀ ਬਹੁਤ ਵਧੀਆ ਹੁਣ ਵੀ ਕੁਛ ਨਾ ਕੁਛ ਆਪਾਂ ਨੂੰ ਦੱਸ ਦੂੰਗੇ ਆਪਾਂ ਜਾਣਾ ਹੀ ਪਿੰਡ ਦਾ ਖਜ਼ਾਨਾ ਹੁੰਦੇ ਜੀ। ਅਸੀਂ ਪੰਜਾਬ ਦੇ ਵਿੱਚ ਜਿੰਨੇ ਬਜ਼ੁਰਗ ਹੈ ਨਾ ਜੀ ਉਹਨਾਂ ਨੂੰ ਉਹ ਦੇਖੋ ਸਾਂਝੇ ਪੰਜਾਬ ਦੀਆਂ ਗੱਲਾਂ ਵੀ ਬਹੁਤ ਜਾਣਦੇ ਆ। ਹਾਂ ਸਾਂਝੇ ਪੰਜਾਬ ਦੀਆਂ ਮੈਂ ਇਹ ਕਹਿੰਦਾ ਵੀ ਸ਼ਾਇਦ ਆਪਾਂ ਨੂੰ ਬਹੁਤ ਕੁਛ ਦੱਸੇ ਦੇਣ ਹੁਣ ਵੀ ਦੇਖਦੇ ਹਾਂ ਜੇ ਮਤਲਬ ਉੱਤੇ ਬੈਠੇ ਹੋਣ ਨਾ। ਹਾਂ ਚੱਲਾਂਗੇ ਉਹਨਾਂ ਦੇ ਸਾਈਡ ਤੇ ਹੋਊਗੇ ਉਹ ਜੀ। ਸਰਪੰਚ ਕਰੀ ਅੱਜ ਤੱਕ ਕੋਈ ਥਾਣੇ ਹੀ ਜਾਣ ਦਿੱਤਾ ਉਹਨਾਂ ਨੇ ਕੇਸ। ਅੱਛਾ ਹਾਂਜੀ ਹਾਂਜੀ ਨਾ ਨਾ ਉਹ ਤਾਂ ਬਹੁਤ ਸਖਸ਼ੀਅਤ ਤਕੜੀ ਬਹੁਤ ਜ਼ਿਆਦਾ ਸਰਪੰਚੀ ਕੀਤੀ ਥਾਣੇ ਨਹੀਂ ਜਾਣ ਦਿੱਤਾ ਅੱਜ ਤੱਕ ਵੀ। ਅੱਛਾ ਕੋਈ ਨਹੀਂ ਜਾਣ ਦਿੱਤਾ ਇੱਥੇ ਫੈਸਲਾ ਨਿਬੇੜ ਦਿੰਦੇ ਤੇ। ਵਾਹ ਇਦਾਂ ਇਹ ਪੁਰਾਣੇ ਸਮੇਂ 'ਚ ਖਾਸੀਅਤ ਸੀਗੀ ਜੀ ਸਰਪੰਚਾਂ ਦੀ ਹੈ ਨਾ ਜੀ। ਹਾਂਜੀ 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 ਨਹੀਂ ਕਿਸੇ ਕਿਸੇ ਮਨੁੱਖ 'ਚ ਬਹੁਤਾ ਹੀ ਗੁਣ ਹੁੰਦਾ ਜੀ। ਹਾਂ ਕੁਦਰਤੀ ਉਹ ਗੱਲ ਹੁੰਦੀ। ਵਾਹ ਜੀ ਉਹ ਸਾਰੇ ਨਗਰ ਨੂੰ ਆਪਣਾ ਪਰਿਵਾਰ ਸਮਝਦਾ। ਅੱਛਾ ਹੁਣ ਗੱਲ ਕਰੀਏ ਮੁਹੰਮਦ ਸਦੀਕ ਵੀ ਦੇਖੇ। ਮੁਹੰਮਦ ਸਦੀਕ ਸੁਣਿਆ ਤਾਂ ਜ਼ਰੂਰ ਆ ਜੀ ਅਤੇ ਠੀਕ ਦਾ ਉਹ ਆਪਣੀ ਜਗ੍ਹਾ ਠੀਕ ਤੇ ਪਰ ਮੈਂ ਫਿਰ ਥੋੜ੍ਹਾ ਜਿਹਾ ਕੁਲਦੀਪ ਮਾਨਕ ਲੋਕ ਤੱਥਾਂ ਨੂੰ ਜ਼ਿਆਦਾ ਪਸੰਦ ਕਰਦਾ। ਅੱਛਾ ਆ ਜਾਓ ਜੀ ਇਹ ਹੈ ਜੀ ਭੁਪਿੰਦਰ ਬੱਬਲ ਜੀ ਦਾ ਘਰ ਜੀ। ਦੇਖੋ ਐਨੀਮਲ ਫਿਲਮ ਦੇ ਵਿੱਚ ਉਹਨਾਂ ਦਾ ਗੀਤ ਮਕਬੂਲ ਹੋਇਆ ਅਰਜਨ ਬੈਲੀ ਨੇ ਪੈਰ ਜੋੜ ਕੇ ਗੰਡਾਸੀ ਮਾਰੀ। ਲਓ ਜੀ ਆਹ ਹੈ ਜੀ ਉਹਨਾਂ ਦਾ ਘਰ। ਸਤਿ ਸ਼੍ਰੀ ਅਕਾਲ ਜੀ। ਬੜਾ ਨਾਂ ਰੋਸ਼ਨ ਕੀਤਾ ਜੀ ਪੂਰੀ ਦੁਨੀਆ 'ਚ ਉਹਨਾਂ ਦਾ ਗੀਤ ਮਕਬੂਲ ਹੋਇਆ ਜੀ ਕਮਾਲ ਦੇ। ਪਰਿਵਾਰ 'ਚ ਕੌਣ ਕੌਣ ਜੀ ਹੈ ਜੀ? ਸਾਡੇ ਪਰਿਵਾਰ 'ਚ ਮੇਰੇ ਮਤਲਬ ਸਸੁਰ ਸਾਹਿਬ ਨੇ ਜੀ, ਸੱਸੂ ਜੀ ਹੈ ਅਤੇ ਮੇਰੇ ਦੋ ਬੇਟੇ ਹੈ ਬਹੂਆਂ ਹੈ ਜੀ। ਕਿੱਦਾਂ ਦੇਖੋ ਭੁਪਿੰਦਰ ਬੱਬਲ ਜੀ ਨੇ ਇਹਨਾਂ ਨਾਂ ਮਸ਼ਹੂਰ ਕੀਤਾ, ਗੀਤ ਲਿਖਿਆ ਵੀ ਉਹਨਾਂ ਨੇ? ਨਹੀਂ ਲਿਖਿਆ ਤਾਂ ਪਤਾ ਨਹੀਂ ਮੈਨੂੰ ਕਿਹਨਾਂ ਨੇ, ਬਹੁਤ ਦੇਰ ਦਾ ਪਹਿਲਾਂ ਦਾ ਗਾਇਆ ਹੋਇਆ ਉਹਨਾਂ ਨੇ ਇਹ। ਅੱਛਾ ਹਾਂਜੀ ਇਹ ਉਹਨਾਂ ਨੇ ਮਤਲਬ ਰਿਕਾਰਡਿੰਗ ਤਾਂ ਪਹਿਲਾਂ ਦੀ ਉਹਨਾਂ ਦੀ ਪਰ ਗਾਇਆ ਹੁਣ ਉਹਨਾਂ ਨੇ ਦੁਬਾਰਾ ਗਾਇਆ। ਹਾਂਜੀ ਫਿਲਮ 'ਚ ਦੁਬਾਰਾ ਗਾਇਆ। ਹਾਂਜੀ ਫਿਲਮ 'ਚ ਕਿੱਦਾਂ ਚਾਂਸ ਮਿਲ ਗਿਆ ਉਹਨਾਂ ਨੂੰ ਕਿਸ ਤਰ੍ਹਾਂ? ਉਹਨਾਂ ਦੇ ਜਿਸ ਪ੍ਰੋਡਿਊਸਰ ਨੇ ਜਿਹਨੇ ਫਿਲਮ ਬਣਾਈ ਹੈ ਨਾ ਜੀ, ਉਹਨਾਂ ਨੇ ਕਿਤੇ ਪਹਿਲਾਂ ਸੁਣਿਆ ਹੋਇਆ ਸੀ ਇਹਨਾਂ ਦਾ ਗਾਣਾ। ਅੱਛਾ ਅਤੇ ਇਸ ਕਰਕੇ ਉਹਨਾਂ ਨੇ ਫਿਰ ਇਹਨਾਂ ਨੇ ਇਹਨਾਂ ਨੂੰ ਆਫਰ ਦਿੱਤੀ ਇਸ ਗਾਣੇ ਦੀ ਕਿ ਤੁਸੀਂ ਗਾਓ ਕਰਕੇ ਆ ਕੇ। ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ ਹੈ ਜੀ? ਬਹੁਤ ਵਧੀਆ, ਦੇਖੋ ਅਸੀਂ ਤਾਂ ਵੀ ਬਿਰਤਾ ਦੇਖੋ ਕੱਚੇ ਕੋਲੇ ਮਾਰ ਰਹੇ ਆ। ਕਮਾਲ ਕਰਤਾ ਜੀ ਕਮਾਲ ਹੈ। ਉਮਰ ਤਾਂ ਮੇਰੀ ਹੈਗੀ ਲਗਭਗ 90 ਦੇ ਕਰੀਬ ਹੋ ਗਈ। ਬੜੇ ਕਾਇਮ ਹੈ ਤੁਸੀਂ ਐਨ, ਤੁਹਾਨੂੰ ਤਾਂ ਫਿਲਮਾਂ 'ਚ ਰੋਲ ਦਵਾ ਦਈਏ ਸੀ ਹੁਣ ਤੁਹਾਡੀ। ਚਲੋ ਹਾਂਜੀ, ਵੈਸੇ ਤਾਂ ਤੁਹਾਡੇ ਪੁੱਤਰ ਜੀ ਨੇ, ਹੁਣ ਤਾਂ ਸਾਡੀ ਗਾਹਾਂ ਦੀ ਤਿਆਰੀ ਆ। ਨਹੀਂ 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 ਲੈ ਲੈ, ਤੁਸੀਂ ਤਾਂ ਬਿਲਕੁਲ ਕਾਇਮ ਹੈ, ਪਰਮਾਤਮਾ ਤੁਹਾਡੀ ਉਮਰ ਜਿਹੜੀ ਬਹੁਤ ਲੰਬੀ ਕਰੇ। ਪੁਰਾਣੇ ਵਿਰਸੇ ਦੀਆਂ ਗੱਲਾਂ ਦੱਸਣੀਆਂ ਹੱਲਿਆਂ ਦੀਆਂ ਨਿਕੜ ਸੁੱਕੜ ਬੱਬਲ ਨੂੰ ਇਹ ਪਤਾ ਹੋਊ? ਨਹੀਂ ਜੀ ਤੁਹਾਨੂੰ ਦੇਖੋ ਅਸੀਂ ਤੁਹਾਨੂੰ ਮਿਲਣ ਆਏ ਹੈ। ਪੈਰ ਜੋੜ ਕੇ ਗੰਡਾਸੀ ਮਾਰੀ। ਬੋਲਤਾ ਤੁਸੀਂ ਹੁਣ ਆ ਬੋਲੀਏ ਜੀ ਸਾਰੇ, ਫਿਰ ਇੱਕ ਵਾਰੀ ਸਾਰੇ ਬੋਲੋ ਜੀ। ਪੈਰ ਜੋੜ ਕੇ ਗੰਡਾਸੀ ਮਾਰੀ ਅਰਜਨ ਬੈਲੀ ਨੇ।
ਇਹ ਭਵਿੰਦਰ ਬੱਬਰ ਦੇ ਫਾਦਰ ਹੈ ਜੀ ਜੀ ਹਾਂ ਇਹ ਉਹਨਾਂ ਦੇ ਮਾਤਾ ਜੀ ਹੈ ਜੀ ਬੜੇ ਬਹੁਤ ਵਧੀਆ ਬਹੁਤ ਚੰਗਾ ਲੱਗਿਆ ਜੀ ਕਾਕਾ ਜੀ ਅੱਜ ਦਾ ਜਿਹੜਾ ਪੂਰਾ ਦੀ ਸਿਹਰਾ ਤੁਹਾਡੇ ਸਿਰ 'ਤੇ ਹੈ ਕਿ ਤੁਸੀਂ ਸਾਨੂੰ ਹਰਜੀਤ ਜੀਤੇ ਦਾ ਘਰ ਦਿਖਾਤਾ ਭੁਪਿੰਦਰ ਬੱਬਲ ਦਾ ਘਰ ਦਿਖਾਤਾ ਨਿਹੋਲਕਾ ਪਿੰਡ ਦਿਖਾਤਾ ਅਤੇ ਆਪਣੀਆਂ ਕਰਾਰੀਆਂ ਕਰਾਰੀਆਂ ਗੱਲਾਂ ਸੁਣਾਤੀਆਂ ਮਾਣਕ ਸਾਹਿਬ ਨੂੰ ਕਰ ਲਿਆ ਯਾਦ ਜੀ ਬਣ ਗਈ ਸਾਡੀ ਗੱਲ ਜੀ ਆਹ ਦੇਖੋ ਜੀ ਇਸ ਤਰ੍ਹਾਂ ਹੁੰਦਾ ਜੀ ਇਸ ਤਰ੍ਹਾਂ ਦੇ ਵਲੋਗਸ ਅਸੀਂ ਕਰਦੇ ਹਾਂ ਆਹ ਕੈਮਰਾ ਪਾਇਓ ਜੀ ਆਹ ਦੇਖੋ ਭੁਪਿੰਦਰ ਬੱਬਲ ਜੀ ਦੇ ਪਿਤਾ ਜੀ ਬਜ਼ੁਰਗ ਇੱਕ ਗੱਲ ਬੜੀ ਖਰੀ ਇਹਨਾਂ ਦਾ ਅਲੱਗ ਵਲੋਗ ਅਸੀਂ ਕੀਤਾ ਹੋਇਆ ਮਾਤਾ ਜੀ ਨਾਲ ਵੀ ਗੱਲਾਂ ਬਾਤਾਂ ਕੀਤੀਆਂ ਬਹੁਤ ਚੰਗਾ ਲੱਗਿਆ ਜੀ ਸਾਰਾ ਕੁਛ ਸਾਰਾ ਪਿੰਡ ਦੇਖ ਕੇ ਹਾਂ ਜਿਹੜੇ ਨਿਹੋਲਕਾ ਪਿੰਡ ਦੇ ਰਹਿਣ ਵਾਲੇ ਹੈ ਦੁਨੀਆਂ ਦੇ ਕਿਸੇ ਵੀ ਖਿੱਤੇ ਦੇ ਵਿੱਚ ਰਹਿ ਰਹੇ ਹੈ ਚਾਹੇ ਅਮੈਰੀਕਾ 'ਚ ਹੈ ਚਾਹੇ ਕੈਨੇਡਾ 'ਚ ਹੈ ਚਾਹੇ ਜਰਮਨ 'ਚ ਹੈ ਚਾਹੇ ਇਟਲੀ 'ਚ ਹੈ ਚਾਹੇ USA 'ਚ ਕਿਤੇ ਵੀ ਹੈ ਦੁਨੀਆਂ ਦੇ ਕਿਸੇ ਵੀ ਖਿੱਤੇ ਦੇ ਵਿੱਚ ਤੁਸੀਂ ਹੈ ਕਮੈਂਟ ਜ਼ਰੂਰ ਕਰਿਓ ਹਾਜ਼ਰੀ ਲਵਾਇਓ ਕਿ ਤੁਸੀਂ ਇਹ ਕਿੱਥੋਂ ਵਲੋਗ ਦੇਖ ਰਹੇ ਹੋ ਜਿਹੜੇ ਆਲੇ ਦੁਆਲੇ ਦੇ ਪਿੰਡਾਂ ਦੇ ਵੀ ਹੈ ਨਿਹੋਲਕੇ ਦੇ ਨਾਲ ਦੇ ਪਿੰਡਾਂ ਦੇ ਵੀ ਲੋਕ ਹੈ ਦੁਨੀਆਂ ਦੇ ਕਿਸੇ ਵੀ ਖਿੱਤੇ 'ਚ ਗਏ ਹੋਏ ਹੈ ਜ਼ਰੂਰ ਕਮੈਂਟ ਕਰਿਓ ਪਿੰਡ ਦੀਆਂ ਗਲੀਆਂ ਦਿਖਾਈਆਂ ਪਿੰਡ ਦੇ ਲੋਕਾਂ ਨਾਲ ਗੱਲ ਕੀਤੀਆਂ ਪਿੰਡ ਦੀਆਂ ਸ਼ਖਸੀਅਤਾਂ ਨਾਲ ਗੱਲ ਕੀਤੀ ਹੈ ਹਾਂ ਕੁਛ ਚੀਜ਼ਾਂ ਰਹਿ ਗਈਆਂ ਅਗਲੇ ਵਲੋਗ ਦੇ ਵਿੱਚ ਫਿਰ ਕਵਰ ਕਰਾਂਗੇ ਇਸ ਤਰ੍ਹਾਂ ਹੀ ਬਣਾਈ ਰੱਖਿਓ ਪਿਆਰ ਸਾਡੇ ਲਈ ਔਰ ਸਾਡੇ ਚੈਨਲ ਦੇ ਨਾਲ ਜੁੜੇ ਰਹੋ ਕਦੀ ਕਦੀ ਸਾਨੂੰ ਸੁਪਰ ਥੈਂਕਸ ਵੀ ਭੇਜ ਸਕਦੇ ਹੋ ਸਾਡਾ ਚੈਨਲ ਵੀ ਜੁਆਇਨ ਕਰ ਸਕਦੇ ਹੋ ਕਈ ਲੋਕ ਕਹਿੰਦੇ ਸੇਵਾ ਦੱਸੋ ਜੀ ਚੋਪੜਾ ਸਾਹਿਬ ਤਾਂ ਆਹੀ ਸੇਵਾ ਕਦੀ ਸੁਪਰ ਥੈਂਕਸ ਭੇਜ ਤਾਂ ਕਦੀ ਸਾਡਾ ਚੈਨਲ ਵੀ ਜੁਆਇਨ ਕਰ ਸਕਦੇ ਹੋ ਔਰ ਸਾਨੂੰ ਜਿਹੜੀ ਹੈ ਕਿਸੇ ਨਾ ਕਿਸੇ ਦਾ ਇਸ ਤਰ੍ਹਾਂ ਦਾ ਸਹਿਯੋਗ ਤੁਹਾਡਾ ਜਿਹੜਾ ਸਾਡੇ ਚੈਨਲ ਨੂੰ ਅੱਗੇ ਲੈ ਕੇ ਜਾਏਗਾ ਸ਼ੁਕਰੀਆ ਮਿਹਰਬਾਨੀ ਅੱਛਾ ਜੀ ਧੰਨਵਾਦ ਜੀ ਸ਼ੁਕਰੀਆ ਜੀ